ਆਲਮਸਤ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਸੀ ਐਮ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਇੱਥੇ ਆਪਣੇ ਮੱਥਾ ਟੇਕਣ ਲਈ ਆਏ ਆ ਅਤੇ ਅਸੀਂ ਸਾਰੀ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਨੂੰ ਸਰੂਪਾ ਦੇ ਕੇ ਅਤੇ ਇੱਥੋਂ ਵਿਦਾਇਗੀ ਦਿੱਤੀ ਆ। ਹੋਰ ਕੋਈ ਸ਼ਹਿਰ ਮਤਲਬ ਕਿ ਡੇਰੇ ਵੱਲੋਂ ਕੋਈ ਮਤਲਬ ਕਿ ਉਹਨਾਂ ਨੂੰ ਦੱਸਿਆ ਵੀ ਗਿਆ ਕਿ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ? ਨਹੀਂ, ਉਹ ਤਾਂ ਮੱਥਾ ਹੀ ਟੇਕਣ ਆਏ ਸੀਗੇ, ਉਹਨਾਂ ਨੂੰ ਕੁਛ ਵੀ ਨਹੀਂ ਇਹ ਚੀਜ਼ ਬਾਰੇ ਸਾਡੀ ਕੋਈ ਗੱਲ ਨਹੀਂ ਹੋਈ ਕਿਉਂਕਿ ਉਹ ਓਨਲੀ ਮੱਥਾ ਟੇਕਣ ਲਿਆਏ ਸੀ ਅਤੇ ਮੱਥਾ ਟੇਕ ਕੇ ਚਲੇ ਗਏ। ਅੱਜ ਸਾਡੇ ਮਾਨਯੋਗ ਸੀ ਐਮ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਸਾਡੇ ਦੋ ਨਕੋਦਰ ਦੇ ਪ੍ਰਸਿੱਧ ਡੇਰੇ ਬਾਪੂ ਲਾਲ ਬਾਦਸ਼ਾਹ ਜੀ ਅਤੇ ਬਾਬਾ ਮੁਰਾਦ ਸ਼ਾਹ ਜੀ ਇੱਥੇ ਇਹਨਾਂ ਨੇ ਦੋਵਾਂ ਡੇਰਿਆਂ 'ਤੇ ਸ਼ਿਰਕਤ ਕੀਤੀ ਅਤੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਮੈਂ ਆਪਣੇ ਵੱਲੋਂ ਨਗਰ ਕੌਂਸਲ ਵੱਲੋਂ ਆਪਣੀ ਸਾਰੀ ਸਮੁੱਚੀ ਟੀਮ ਵੱਲੋਂ ਉਹਨਾਂ ਦਾ ਇੱਥੇ ਆਇਆਂ 'ਤੇ ਜੀ ਆਇਆਂ ਕਹਿੰਦੇ ਹਾਂ ਧੰਨਵਾਦ। ਜੈ ਭੀਮ ਜੈ ਭਾਰਤ। ਅੱਜ ਪੰਜਾਬ ਦੇ ਮੁੱਖ ਮੰਤਰੀ ਨਕੋਦਰ ਦੀ ਫੇਰੀ ਦੌਰਾਨ ਅੱਜ ਨਕੋਦਰ ਬਾਬਾ ਲਾਲ ਬਾਦਸ਼ਾਹ ਡੇਰਾ ਔਰ ਬਾਬਾ ਮੁਰਾਦ ਸ਼ਾਹ ਡੇਰਾ ਦੇ ਨਤਮਸਤਕ ਹੋਏ ਔਰ ਮੱਥਾ ਟੇਕਿਆ ਔਰ ਆਸ਼ੀਰਵਾਦ ਪ੍ਰਾਪਤ ਕੀਤਾ ਔਰ ਲੋਕਾਂ ਦੇ ਨਾਲ ਵੀ ਆਪਣਾ ਰਾਬਤਾ ਕਾਇਮ ਕਰਨ ਲਈ ਅਤੇ ਲੋਕਾਂ ਨੇ ਵੀ ਆਪਣੀ ਮਿਲਣੀ ਉਹਨਾਂ ਦੇ ਨਾਲ ਕੀਤੀ ਔਰ ਸ਼ਹਿਰ ਦੇ ਲੀਡਰਸ਼ਿਪ ਔਰ ਪ੍ਰਸ਼ਾਸਨ ਨੇ ਪੂਰਾ ਅੱਜ ਉਹਨਾਂ ਦੇ ਆਉਣ 'ਤੇ ਅਤੇ ਪੂਰੀ ਸ਼ਹਿਰ ਦੀ ਜਿਹੜੀ ਆ ਚਾਕ ਚਬੰਧ ਜਿਹੜੀ ਪੁਲਿਸ ਵੱਲੋਂ ਪ੍ਰਬੰਧ ਕੀਤੇ ਗਏ ਸੀ ਉਹਦੇ ਨਾਲ ਪੂਰਾ ਸ਼ਹਿਰ ਦੇ ਵਿੱਚ ਆਲੇ ਦੁਆਲੇ ਪੂਰੀ ਫੋਰਸ ਲਗਾ ਕੇ ਉਹਨਾਂ ਦੀ ਸੁਰੱਖਿਆ ਦੇ ਜਿਹੜੇ ਪ੍ਰਬੰਧ ਨੂੰ ਪੁਖਤਾ ਕੀਤਾ ਗਿਆ ਔਰ ਸ਼ਹਿਰ ਦੇ ਡੇਰਿਆਂ ਵੱਲੋਂ ਅਤੇ ਇਹਨਾਂ ਦਾ ਸਾਹਿਬ ਦੂਜੇ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਧੰਨਵਾਦ ਕੀਤਾ ਗਿਆ ਔਰ ਉਹਨਾਂ ਦਾ ਸਨਮਾਨ ਦਿੱਤਾ ਗਿਆ। ਜਸਵਿੰਦਰ ਚੰਬਰ, ਏਕਤਾ ਲਹਿਰ, ਨਕੋਦਰ।